गुड मॉर्निंग स्टूडेंट्स। बेटे अपना अज का टॉपिक है सिंध घाटी के लोगों का आर्थिक जीवन अते उन्हां दा धार्मिक जीवन एंड उन्हां दा राजनीतिक व्यवस्था। ये तीनों ही जिहड़े टॉपिक ने बेटे ये अज आपां ने करने ने इस लैक्चर दे विच। सब तो पहला आपां गल करदे आं आर्थिक जीवन की, भाव के सिंध घाटी के लोगों की जिहड़ी इकनोमिक लाइफ किवें दी सीगी उस बारे आपां गल करांगे। सब तो पहला उन्हां दे आर्थिक जीवन दे विच हैगा खेतीबाड़ी। सिंध घाटी दे लोकां दा जिहड़ा मुख धंधा सी ओह खेतीबाड़ी सीगा। उन्हां दी जिहड़ी मुख फसल सी ओह कणक, जौं, चावल, कपाह, तिल ते सब्जियां सीगियां। ते जिहड़ा अनाज नूं सी जिहड़ा वड्डे वड्डे गोदामां दे विच रख्या जांदा सीगा एंड फसलां नूं पानी देण दे लई, फसलां दी सिंचाई करन दे लई लोक सी जिहड़े बरखा ते नदियां दे उत्ते डिपेंड सीगे। सो उन्हां लोकां दी आमदन दा जिहड़ा मुख साधन सी ओह खेतीबाड़ी सीगा। खेतीबाड़ी तो उन्हां नूं जिहड़ा फसलां नूं बेचण तों बाद उन्हां नूं पैसा प्राप्त हुंदा सी, जिस दे आधार ते असीं कह सकदे हां कि उन्हां लोकां दा जिहड़ा आर्थिक जीवन सी ओह बहुत वधिया सी, बहुत खुशहाल सीगा। नैक्सट हैगा पशू पालण। खेतीबाड़ी तो बाद उन्हां लोकां दा जिहड़ा इक होर मेन आमदन दा साधन सी, जिहड़ा होर मेन जिहड़ा धंधा सी ओह हैगा सीगा पशू पालण। ओह लोक सीगे जिहड़े बलद, भेड़, बकरी, भैंस, कुत्ता, बिल्ली, ऊंट, तोता, मोर आदि पशु पंछियां नूं पालदे सीगे। इस तों इलावा जिवें बंदर, गैंडा, हाथी, हिरन आदि जंगली जानवरां दी वी उन्हां लोकां नूं नॉलेज सीगी। ਉਹ ਆਪਣੇ ਪਸ਼ੂਆਂ ਨੂੰ ਜਿਹੜਾ ਨੇੜੇ ਤੇੜੇ ਦੇ ਜੰਗਲਾਂ ਦੇ ਵਿੱਚ ਘਾਹ ਚਾਰਨ ਦੇ ਲਈ ਲੈ ਕੇ ਜਾਂਦੇ ਹੁੰਦੇ ਸੀਗੇ। ਸੋ ਪਸ਼ੂ ਪਾਲਣ ਵੀ ਉਹਨਾਂ ਦਾ ਮੇਨ ਧੰਦਾ ਸੀ। ਨੈਕਸਟ ਹੈਗਾ ਵਪਾਰ ਅਤੇ ਵਣਜ। ਉਹਨਾਂ ਲੋਕਾਂ ਨੂੰ ਵਪਾਰ ਕਰਨ ਦੀ ਵੀ ਨੌਲੇਜ ਸੀ। ਵਪਾਰ ਵੀ ਉਸ ਸਮੇਂ ਕੀਤਾ ਜਾਂਦਾ ਸੀ। ਮੋਹਨ ਜੋਦੜੋ ਅਤੇ ਹੜੱਪਾ ਸੀ ਜਿਹੜੇ, ਇਹ ਦੋ ਨਗਰ ਸੀ ਜਿਹੜੇ, ਦੋ ਸ਼ਹਿਰ ਸੀ, ਇਹ ਵਪਾਰ ਦੇ ਪ੍ਰਸਿੱਧ ਕੇਂਦਰ ਸੀਗੇ। ਇੱਥੋਂ ਦੇ ਜਿਹੜੇ ਵਪਾਰੀ ਸੀ ਉਹ ਭਾਰਤ ਦੇ ਅਲੱਗ ਅਲੱਗ ਭਾਗਾਂ ਵਿੱਚ ਵਪਾਰ ਕਰਨ ਲਈ ਜਾਂਦੇ ਸੀ ਅਤੇ ਇਸ ਤੋਂ ਇਲਾਵਾ ਉਹ ਫੋਰਨ ਕੰਟਰੀ ਦੇ ਵਿੱਚ ਵੀ ਜਿਹੜਾ ਵਪਾਰ ਕੀਤਾ ਜਾਂਦਾ ਸੀ। ਜਿਹੜੀਆਂ ਮੋਹਰਾਂ ਪ੍ਰਾਪਤ ਹੋਈਆਂ ਨੇ ਉਹਨਾਂ ਦੇ ਉੱਪਰ ਜਹਾਜ਼ ਅਤੇ ਬੇੜੀਆਂ ਦੇ ਜਿਹੜੀਆਂ ਪਿਕਚਰਾਂ ਬਣੀਆਂ ਹੋਈਆਂ ਮਿਲੀਆਂ ਨੇ, ਜਿਸ ਤੋਂ ਪਤਾ ਲੱਗਦਾ ਕਿ ਜਿਹੜਾ ਵਪਾਰ ਆ ਉਹ ਜਲ ਮਾਰਗ ਰਾਹੀਂ ਵੀ ਕੀਤਾ ਜਾਂਦਾ ਸੀਗਾ। ਨੈਕਸਟ ਹੈਗਾ ਤੋਲ ਮਾਪ ਦੇ ਸਾਧਨ। ਹੜੱਪਾ ਅਤੇ ਮੋਹਨ ਜੋਦੜੋ ਅਤੇ ਹੋਰ ਸ਼ਹਿਰਾਂ ਵਿੱਚੋਂ ਕਈ ਵੱਡੇ ਛੋਟੇ ਹਰ ਤਰ੍ਹਾਂ ਦੇ ਬੱਟੇ ਮਿਲੇ ਨੇ। ਇਹ ਜਿਹੜੇ ਬੱਟੇ ਨੇ ਇਹ ਪੱਥਰਾਂ, ਹੱਡੀਆਂ ਅਤੇ ਲੱਕੜੀ ਦੇ ਟੋਟਿਆਂ ਤੋਂ ਬਣੇ ਹੋਏ ਸੀ, ਜਿਸ ਤੋਂ ਪਤਾ ਲੱਗਦਾ, ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹ ਲੋਕਾਂ ਨੂੰ ਤੋਲਣ ਅਤੇ ਮਾਪਣ ਦੇ ਸਾਧਨ ਵੀ ਹੈਗੇ ਸੀ ਉਹਨਾਂ ਲੋਕਾਂ ਕੋਲ। ਅਜਿਹਾ ਵੀ ਅੰਦਾਜ਼ਾ ਲਗਾਇਆ ਗਿਆ ਕਿ ਅੱਜ ਕੱਲ੍ਹ ਦੇ ਫੁੱਟ ਵਾਂਗੂ ਇਹ ਉਹਨਾਂ ਲੋਕਾਂ ਦੇ ਮਾਪ ਦਾ ਪੈਮਾਨਾ ਹੋਣਗੇ। ਮਤਲਬ ਕਿ ਜਿਵੇਂ ਅੱਜ ਕੱਲ੍ਹ ਆਪਾਂ ਮਿਣਦੇ ਹਾਂ ਚੀਜ਼ ਵੀ ਇੰਨੇ ਫੁੱਟ ਹੈ, ਇੰਨੇ ਫੁੱਟ ਹੈ, ਉਸ ਸਮੇਂ ਵੀ ਐਵੇਂ ਚੀਜ਼ਾਂ ਨੂੰ ਮਿਣਨ ਵਾਸਤੇ ਇਹਨਾਂ ਲੋਕਾਂ ਕੋਲ ਸਾਰੇ ਸਾਧਨ ਸੀਗੇ, ਤੋਲਣ ਦੇ ਅਤੇ ਮਾਪਣ ਦੇ ਸਾਰੇ ਸਾਧਨ ਸੀਗੇ ਇਹਨਾਂ ਕੋਲ। ਅੱਗੇ ਹੈਗਾ ਕਲਾ, ਹੁਨਰ ਅਤੇ ਉਦਯੋਗ। ਇਹਨਾਂ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਕਲਾ ਸੀ, ਬਹੁਤ ਹੁਨਰ ਸੀਗਾ। ਜਿਵੇਂ ਕਿ ਇਹਨਾਂ ਲੋਕਾਂ ਦੇ ਵਿੱਚ ਪੱਥਰ ਦੀਆਂ ਮੂਰਤੀਆਂ, ਕੁਝ ਪੱਥਰ ਦੀਆਂ ਮੂਰਤੀਆਂ ਪ੍ਰਾਪਤ ਹੋਈਆਂ ਨੇ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹ ਲੋਕਾਂ ਨੂੰ ਜਿਹੜਾ ਪੱਥਰ ਦੀਆਂ ਮੂਰਤੀਆਂ ਬਣਾਉਣ ਦੀ ਕਲਾ ਸੀ, ਪੱਥਰ ਦੀਆਂ ਮੂਰਤੀਆਂ ਬਣਾਉਣ ਦਾ ਹੁਨਰ ਸੀ ਇਹਨਾਂ ਦੇ ਕੋਲ। ਉਸ ਤੋਂ ਬਾਅਦ ਪਕਾਈ ਮਿੱਟੀ ਦੀਆਂ ਮੂਰਤੀਆਂ ਵੀ ਇਹ ਲੋਕ ਸੀ ਜਿਹੜੇ ਬਣਾਉਂਦੇ ਸੀਗੇ। ਉਸ ਤੋਂ ਇਲਾਵਾ ਧਾਤ ਦੀਆਂ ਮੂਰਤੀਆਂ ਜਾਂ ਫਿਰ ਮਿੱਟੀ ਦੇ ਭਾਂਡੇ, ਇਹ ਲੋਕ ਧਾਤ ਦੀਆਂ ਮੂਰਤੀਆਂ ਵੀ ਬਣਾਉਂਦੇ ਸੀ। ਇਹਨਾਂ ਸਾਰੀਆਂ ਮੂਰਤੀਆਂ ਤੋਂ ਅਸੀਂ ਬਣੀਆਂ ਹੋਈਆਂ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹਨਾਂ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਕਲਾ ਸੀ, ਬਹੁਤ ਜ਼ਿਆਦਾ ਹੁਨਰ ਸੀ। ਅਤੇ ਅੱਗੇ ਹੈਗਾ ਮਿੱਟੀ ਦੇ ਭਾਂਡੇ ਦਾ ਉਦਯੋਗ। ਸਿੰਧ ਘਾਟੀ ਦੇ ਲੋਕ ਸੀ ਜਿਹੜੇ ਮਿੱਟੀ ਬਣਾਉਣ ਦੇ ਵਿੱਚ ਬਹੁਤ ਐਕਸਪਰਟ ਸੀਗੇ। ਉਹ ਸੀ ਜਿਹੜੇ ਜ਼ਿਆਦਾਤਰ ਭਾਂਡੇ ਚਾਕ ਉੱਤੇ ਹੀ ਬਣਾਇਆ ਕਰਦੇ ਸੀ। ਉਹਨਾਂ ਦੇ ਹੱਥ ਨਾਲ ਬਣਾਏ ਗਏ ਭਾਂਡਿਆਂ ਦੇ ਨਮੂਨੇ ਬਹੁਤ ਘੱਟ ਮਿਲੇ ਨੇ। ਇਸ ਤੋਂ ਇਲਾਵਾ ਜਿਹੜਾ ਭਾਂਡਿਆਂ ਦੇ ਉੱਪਰ ਸੁੰਦਰ ਜਿਹੜੀਆਂ ਪਿਕਚਰਾਂ ਬਣਾਈਆਂ ਜਾਂਦੀਆਂ ਸੀ, ਰੰਗ ਸਾਜੀ ਦਾ ਵੀ ਵਧੀਆ ਸੀ ਜਿਹੜਾ ਕੰਮ ਕੀਤਾ ਜਾਂਦਾ ਸੀ। ਉਸ ਤੋਂ ਇਲਾਵਾ ਹੈਗਾ ਕੱਪੜਾ ਉਦਯੋਗ। ਇਹ ਲੋਕ ਸੀ ਜਿਹੜੇ ਕੱਪੜੇ ਦਾ ਵੀ ਧੰਦਾ ਸੀ ਜਿਹੜਾ ਕਰਦੇ ਸੀਗੇ, ਕੱਪੜੇ ਦੀ ਬੁਣਾਈ ਰੰਗਾਈ ਇਹਨਾਂ ਨੂੰ ਸਭ ਕੰਮ ਸੀ ਜਿਸ ਤੋਂ ਇਹ ਜਾਣੂ ਸੀਗੇ। ਉਸ ਤੋਂ ਬਾਅਦ ਧਾਤ ਉਦਯੋਗ। ਸਿੰਧ ਸੱਭਿਅਤਾ ਦੇ ਜਿਹੜੇ ਲੋਕ ਸੀ ਉਹ ਕਈ ਕਿਸਮ ਦੀਆਂ ਧਾਤਾਂ ਦੀ ਵਰਤੋਂ ਕਰਦੇ ਸੀ, ਜਿਵੇਂ ਤਾਂਬਾ, ਕਾਂਸੀ, ਚਾਂਦੀ, ਸੋਨਾ।
ਇਹ ਸਾਰੀਆਂ ਧਾਤਾਂ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਸੀ। ਪਰ ਖੁਦਾਈ ਤੋਂ ਇੰਨਾ ਕੁ ਪਤਾ ਲੱਗਿਆ ਕਿ ਹੋਰ ਧਾਤਾਂ ਦੀ ਇਹ ਲੋਕ ਵਰਤੋਂ ਕਰਦੇ ਸੀ, ਬਟ ਇਹਨਾਂ ਨੂੰ ਲੋਹੇ ਬਾਰੇ ਨੌਲੇਜ ਨਹੀਂ ਸੀ, ਲੋਹਾ ਨਹੀਂ ਹੁੰਦਾ ਸੀ ਉਸ ਟਾਈਮ। ਨੈਕਸਟ ਹੈਗਾ ਤਰਖਾਣਾ ਕੰਮ ਦਾ ਉਦਯੋਗ। ਉਸ ਸਮੇਂ ਸੀ ਜਿਹੜਾ ਤਰਖਾਣਾ ਦੇ ਕੰਮ ਦਾ ਵੀ ਜਿਹੜਾ ਚੱਲ ਰਿਹਾ ਸੀ ਸਿਸਟਮ, ਅਤੇ ਜਿਹੜੇ ਤਰਖਾਣ ਸੀਗੇ ਅਲੱਗ ਅਲੱਗ ਤਰ੍ਹਾਂ ਦੀਆਂ ਵਸਤੂਆਂ ਬਣਾਉਂਦੇ ਸੀ, ਜਿਵੇਂ ਕਿ ਬੱਚਿਆਂ ਦੇ ਖਿਡੌਣੇ ਵੀ ਜਿਹੜੇ ਤਰਖਾਣ ਵਜੋਂ ਬਣਾਏ ਜਾਂਦੇ ਸੀ। ਉਸ ਤੋਂ ਬਾਅਦ ਹੈਗੇ ਮੋਹਰਾਂ। ਸਿੰਧ ਘਾਟੀ ਸੱਭਿਅਤਾ ਨਾਲ ਸੰਬੰਧਿਤ ਮੋਹਰਾਂ ਉਸ ਕਾਲ ਦੀ ਕਲਾ ਦੇ ਸ਼ਲਾਘਾਯੋਗ ਨਮੂਨੇ ਨੇ। ਸਿੰਧ ਘਾਟੀ ਦੇ ਪ੍ਰਮੁੱਖ ਕੇਂਦਰਾਂ ਵਿੱਚੋਂ ਲਗਭਗ 2000 ਜਿਹੜੀਆਂ ਮੋਹਰਾਂ ਮਿਲੀਆਂ ਨੇ। ਮੋਹਨ ਜੋਦੜੋ ਸ਼ਹਿਰ ਦੇ ਵਿੱਚੋਂ ਹੀ 1200 ਤੋਂ ਜ਼ਿਆਦਾ ਗਿਣਤੀ ਵਿੱਚ ਜਿਹੜੀਆਂ ਮੋਹਰਾਂ ਪ੍ਰਾਪਤ ਹੋਈਆਂ ਨੇ। ਸੋ ਉਹ ਲੋਕ ਸੀ ਜਿਹੜੇ ਮੋਹਰਾਂ ਬਣਾਉਣ ਤੋਂ ਵੀ ਜਾਣੂ ਸੀਗੇ। ਸੋ ਪ੍ਰਾਪਤ ਹੋਈਆਂ ਮੋਹਰਾਂ ਨੇ ਜਿਹੜੀਆਂ ਸਿੰਧ ਘਾਟੀ ਦੀਆਂ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਨੇ। ਇਹਨਾਂ ਤੋਂ ਸਾਨੂੰ ਉਸ ਸਮੇਂ ਦੇ ਲੋਕਾਂ ਦੇ ਸਮਾਜਿਕ, ਆਰਥਿਕ, ਧਾਰਮਿਕ ਜੀਵਨ ਦੀ ਜਿਹੜੀ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ। ਸੋ ਰਾਜੇ ਇਹ ਸੀਗੇ ਉਹਨਾਂ ਦੇ ਆਰਥਿਕ ਜੀਵਨ ਦੇ ਕੁਝ ਪੁਆਇੰਟ। ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਲੋਕਾਂ ਦਾ ਜਿਹੜਾ ਆਰਥਿਕ ਜੀਵਨ ਸੀ ਉਹ ਬਹੁਤ ਜ਼ਿਆਦਾ ਖੁਸ਼ਹਾਲ ਸੀਗਾ। ਅੱਗੇ ਹੈਗੇ ਉਹਨਾਂ ਦਾ ਧਾਰਮਿਕ ਜੀਵਨ, ਉਹਨਾਂ ਦੀ ਰਿਲੀਜੀਅਸ ਲਾਈਫ ਕਿਵੇਂ ਦੀ ਸੀ। ਮਾਤ ਦੇਵੀ ਦੀ ਪੂਜਾ, ਉਹ ਲੋਕ ਸੀ ਜਿਹੜੇ ਦੇਵੀ ਮਾਂ ਦੀ ਪੂਜਾ ਵੀ ਕਰਦੇ ਸੀਗੇ, ਕਿਉਂਕਿ ਦੇਵੀ ਮਾਂ ਦੀਆਂ ਮਿੱਟੀ ਦੀਆਂ ਬਣੀਆਂ ਕੁਝ ਮੂਰਤੀਆਂ ਮਿਲੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਕਿ ਉਹ ਦੇਵੀ ਮਾਂ ਦੀ ਪੂਜਾ ਕਰਦੇ ਸੀ। ਨੈਕਸਟ ਹੈਗਾ ਸ਼ਿਵ ਅਤੇ ਲਿੰਗ ਦੀ ਪੂਜਾ, ਉਹ ਲੋਕ ਸੀਗੇ ਜਿਹੜੇ ਦੇਵੀ ਮਾਂ ਤੋਂ ਬਾਅਦ ਜਿਹੜਾ ਉਸ ਤੋਂ ਬਾਅਦ ਜਿਹੜਾ ਅਹੁਦਾ ਸੀ ਉਹਨਾਂ ਨੇ ਸ਼ਿਵ ਦੇਵਤੇ ਨੂੰ ਦਿੱਤਾ ਹੋਇਆ ਸੀ, ਉਹ ਸ਼ਿਵ ਦੀ ਵੀ ਪੂਜਾ ਕਰਦੇ ਸੀ। ਅਤੇ ਕੁਝ ਅਜਿਹੀਆਂ ਮੂਰਤੀਆਂ ਪ੍ਰਾਪਤ ਹੋਈਆਂ ਨੇ ਜਿਨ੍ਹਾਂ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਸ਼ਿਵਲਿੰਗ ਦੀ ਵੀ ਜਿਹੜੀ ਪੂਜਾ ਕਰਦੇ ਸੀਗੇ। ਨੈਕਸਟ ਹੈਗਾ ਪਸ਼ੂ ਪੰਛੀਆਂ ਅਤੇ ਦਰੱਖਤਾਂ ਆਦਿ ਦੀ ਉਪਾਸਨਾ, ਉਹ ਲੋਕ ਸੀ ਜਿਹੜੇ ਕਈ ਤਰ੍ਹਾਂ ਦੇ ਪਸ਼ੂ ਪੰਛੀਆਂ ਅਤੇ ਦਰੱਖਤਾਂ ਦੀ ਵੀ ਪੂਜਾ ਕਰਦੇ ਸੀਗੇ। ਪਸ਼ੂ ਪੰਛੀਆਂ ਦੇ ਵਿੱਚੋਂ ਜਿਵੇਂ ਹਾਥੀ, ਬੈਲ, ਗੈਂਡੇ ਆਦਿ ਨੂੰ ਦੇਵਤਿਆਂ ਸਮਾਨ ਮੰਨਿਆ ਜਾਂਦਾ ਸੀ। ਸੱਪਾਂ ਨੂੰ ਦੁੱਧ ਪਿਲਾਉਣਾ ਅਤੇ ਉਹਨਾਂ ਦੀ ਪੂਜਾ ਕਰਨ ਦੀ ਵੀ ਰਸਮ ਹੈਗੀ ਸੀ ਉਸ ਸਮੇਂ। ਪੰਛੀਆਂ ਵਿੱਚੋਂ ਉਹ ਕਬੂਤਰ ਨੂੰ ਸਭ ਤੋਂ ਜ਼ਿਆਦਾ ਪਵਿੱਤਰ ਮੰਨ ਕੇ ਉਸ ਦੀ ਪੂਜਾ ਕਰਦੇ ਸੀਗੇ। ਦਰੱਖਤਾਂ ਦੇ ਵਿੱਚੋਂ ਉਹ ਜਿਹੜਾ ਪਿੱਪਲ ਨੂੰ ਵੀ ਜਿਹੜਾ ਪੂਜਦੇ ਸੀਗੇ। ਸੋ ਉਹ ਲੋਕ ਸੀ ਜਿਹੜੇ ਪਸ਼ੂ ਪੰਛੀਆਂ ਅਤੇ ਦਰੱਖਤਾਂ ਦੀ ਵੀ ਜਿਹੜੀ ਪੂਜਾ ਕਰਦੇ ਸੀਗੇ। ਨੈਕਸਟ ਹੈਗਾ ਇਸ਼ਨਾਨ ਦਾ ਧਾਰਮਿਕ ਮਹੱਤਵ। ਆਪਣੇ ਅੱਜ ਦੇ ਜੀਵਨ ਵਾਂਗੂ ਧਾਰਮਿਕ ਮੌਕਿਆਂ ਦੇ ਉੱਤੇ ਤੀਰਥ ਸਥਾਨਾਂ 'ਤੇ ਇਸ਼ਨਾਨ ਕਰਨ ਦਾ ਵੀ ਉਸ ਸਮੇਂ ਰਿਵਾਜ਼ ਸੀ, ਕਿਉਂਕਿ ਜਿਹੜਾ ਮੋਹਨ ਜੋਦੜੋ ਸ਼ਹਿਰ ਦੇ ਵਿੱਚੋਂ ਇਸ਼ਨਾਨ ਘਰ ਮਿਲਿਆ ਇਹ ਉਸੇ ਗੱਲ ਵੱਲ ਸੰਕੇਤ ਕਰਦਾ ਕਿ ਉਹਨਾਂ ਲੋਕਾਂ ਦੀਆਂ ਜਿਹੜੀਆਂ ਧਾਰਮਿਕ ਰਸਮਾਂ ਵਿੱਚ ਪਾਣੀ ਦਾ ਬਹੁਤ ਮਹੱਤਵ ਸੀ। ਸ਼ਾਇਦ ਇਸ਼ਨਾਨ ਕਰਨਾ ਉਹਨਾਂ ਦੇ ਧਾਰਮਿਕ ਕੰਮਾਂ ਦਾ ਇੱਕ ਜ਼ਰੂਰੀ ਹਿੱਸਾ ਮੰਨਿਆ ਜਾਂਦਾ ਸੀ। ਸੋ ਇਹ ਸੀਗਾ ਉਹਨਾਂ ਲੋਕਾਂ ਦਾ ਧਾਰਮਿਕ ਜੀਵਨ। ਅੱਗੇ ਆਪਾਂ ਗੱਲ ਕਰਦੇ ਹਾਂ ਰਾਜਨੀਤਿਕ ਵਿਵਸਥਾ ਕਿਵੇਂ ਦੀ ਸੀ। ਫਸਟ ਪੁਆਇੰਟ ਹੈਗਾ ਰਾਜਨੀਤਿਕ ਏਕਤਾ। ਉਹਨਾਂ ਲੋਕਾਂ ਦੇ ਵਿੱਚ ਰਾਜਨੀਤਿਕ ਏਕਤਾ ਪਾਈ ਗਈ ਸੀ, ਕਿਉਂਕਿ ਇਸ ਗੱਲ ਦਾ ਅੰਦਾਜ਼ਾ ਸੀ, ਇਸ ਗੱਲ ਤੋਂ ਲਾ ਸਕਦੇ ਹਾਂ ਕਿ ਜਿੰਨੇ ਵੀ ਨਗਰਾਂ ਦੀ ਭਾਵੇਂ ਪੰਜਾਬ, ਸਿੰਧ, ਬਲੋਚਿਸਤਾਨ, ਰਾਜਸਥਾਨ, ਕਾਠੀਆਵਾੜ, ਜਿੰਨੇ ਵੀ ਪ੍ਰਦੇਸ਼ਾਂ ਵਿੱਚੋਂ ਖੁਦਾਈ ਕੀਤੀ ਗਈ ਆ, ਸਾਰਿਆਂ ਦੇ ਵਿੱਚੋਂ ਇੱਕੋ ਨਾਲ ਦੀਆਂ ਮੂਰਤੀਆਂ, ਇੱਕੋ ਨਾਲ ਦੀਆਂ ਮੋਹਰਾਂ, ਇੱਕੋ ਜਿਹੇ ਭਾਵਨ ਅਤੇ ਇੱਕੋ ਜਿਹੇ ਮਾਪਤੋਲ ਦੇ ਸਾਧਨ, ਇੱਕੋ ਜਿਹੀ ਲਿਪੀ ਪ੍ਰਾਪਤ ਹੋਣ ਤੋਂ ਇਹ ਸਿੱਟਿਆ ਕੱਢਿਆ ਜਾਂਦਾ ਕਿ ਉਸ ਸਮੇਂ ਬਹੁਤ ਜ਼ਿਆਦਾ ਜਿਹੜੀ ਰਾਜਨੀਤਿਕ ਏਕਤਾ ਪਾਈ ਗਈ ਸੀ ਉਹਨਾਂ ਦੇ ਵਿੱਚ। ਨੈਕਸਟ ਹੈਗਾ ਕੁਸ਼ਲ ਸ਼ਾਸਨ ਪ੍ਰਬੰਧ। ਉਹਨਾਂ ਲੋਕਾਂ ਦਾ ਜਿਹੜਾ ਸ਼ਾਸਨ ਪ੍ਰਬੰਧ ਸੀ ਬਹੁਤ ਕੁਸ਼ਲ ਸੀ, ਬਹੁਤ ਵਧੀਆ ਸੀ, ਇਸ ਗੱਲ ਦਾ ਅੰਦਾਜ਼ਾ ਸੀ ਇਸ ਕਰਕੇ ਲਾ ਸਕਦੇ ਹਾਂ ਕਿਉਂਕਿ ਸ਼ਹਿਰਾਂ ਨੂੰ ਬਹੁਤ ਵਧੀਆ ਜਿਹੜੇ ਢੰਗ ਦੇ ਨਾਲ ਬਣਾਇਆ ਗਿਆ ਸੀ। ਸੜਕਾਂ ਅਤੇ ਗਲੀਆਂ ਬਿਲਕੁਲ ਸਿੱਧੀਆਂ ਸੀ ਅਤੇ ਉਹਨਾਂ ਉੱਤੇ ਰਾਤ ਦੇ ਸਮੇਂ ਰੌਸ਼ਨੀ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ। ਨਾਲੀਆਂ ਦਾ ਜਿਹੜਾ ਬਣਾਉਣ ਦਾ ਸਿਸਟਮ ਸੀ ਉਹ ਵੀ ਅੱਜ ਕੱਲ੍ਹ ਵਾਂਗ ਸੀ। ਸ਼ਹਿਰਾਂ ਵਿੱਚ ਸਫਾਈ ਦਾ ਬੜਾ ਚੰਗਾ ਪ੍ਰਬੰਧ ਕੀਤਾ ਗਿਆ ਸੀ। ਸੋ ਇਸ ਤੋਂ ਸਿੱਧ ਹੁੰਦਾ ਕਿ ਉਸ ਸਮੇਂ ਦੀ ਜਿਹੜੀ ਸਰਕਾਰ ਸੀ ਲੋਕਾਂ ਦੀ ਭਲਾਈ ਵੱਲ ਖਾਸ ਧਿਆਨ ਦਿੰਦੀ ਸੀ, ਜਿਸ ਕਰਕੇ ਵਧੀਆ ਸ਼ਾਸਨ ਪ੍ਰਬੰਧ ਸੀ, ਜਿਹੜਾ ਸਰਕਾਰ ਦਾ ਪ੍ਰਬੰਧ ਸੀ ਉਹ ਬਹੁਤ ਵਧੀਆ ਸੀਗਾ। ਨੈਕਸਟ ਹੈਗਾ ਭੂਮੀਕਰ ਸਰਕਾਰੀ ਆਮਦਨ ਦਾ ਮੁੱਖ ਸਾਧਨ। ਮੋਹਨ ਜੋਦੜੋ ਅਤੇ ਹੜੱਪਾ ਵਿੱਚੋਂ ਮਿਲੇ ਵੱਡੇ ਵੱਡੇ ਸਰਕਾਰੀ ਗੋਦਾਮਾਂ ਤੋਂ ਜਿਹੜੇ ਇਤਿਹਾਸਕਾਰਾਂ ਨੇ ਇਹ ਅੰਦਾਜ਼ਾ ਲਾਇਆ ਕਿ ਉਸ ਸਮੇਂ ਸਰਕਾਰ ਦੀ ਆਮਦਨ ਦਾ ਜਿਹੜਾ ਮੁੱਖ ਸਾਧਨ ਸੀ ਉਹ ਜ਼ਮੀਨ ਉੱਤੇ ਲੱਗਣ ਵਾਲਾ ਟੈਕਸ ਸੀ, ਭਾਵ ਕਿ ਭੂਮੀਕਰ ਸੀਗਾ, ਜੋ ਕਿ ਅਨਾਜ ਦੇ ਰੂਪ ਵਿੱਚ ਇਕੱਠਾ ਕੀਤਾ ਜਾਂਦਾ ਸੀ ਅਤੇ ਇਹਨਾਂ ਗੋਦਾਮਾਂ ਦੇ ਵਿੱਚ ਰੱਖਿਆ ਜਾਂਦਾ ਸੀ।
परंतु इस विषय ते कुछ भी पक्के रूप विच नहीं कहा जा सकता कि सरकार पैदावार दा किन्ना हिस्सा लेंदी सी, ए नहीं कहा जा सकता। नैक्सट हैगा हथियार, सिंध घाटी दे लोकां दे मुख हथियार सीगे कहाड़ियां, भाले, तीर कमान, छुरे, उस्तरे, दातरियां आदि, परंतु वह तलवारां, ढालां ते कवचां दी भी जड़ी वरतों करदे सीगे। ओह लोग सीगे जड़े आमन पसंद सी, शांति पसंद सी। ओह लोग जो युद्धां अते जित्तां दी थां ते जड़ा व्यापार करन अते धन कमाउण विच वधेरे अपना इंटरस्ट रखदे सीगे। सो इह सी उहनां लोकां दा राजनीतिक जीवन। कुल मिला के आपां कह सकदे हां कि सिंध घाटी सभ्यता दे लोकां दा समाजिक जीवन, आर्थिक जीवन, धार्मिक जीवन अते राजनीतिक जीवन बहुत वधिया ढंग दा सी, बहुत खुशहाल सीगा।